गैस एजेंसी वर्कर यूनियन वालों पटियाला दे डीसी ऑफिस दे मेन गेट दे बाहर धरना दिता गया अते पंजाब सरकार दे खिलाफ खूब जम के नारेबाजी की गई। लोगों का कहना है कि पंजाब सरकार साडा रोजगार खोन च लगी हुई है, असी करोना काल दे विच भी चाहे डीसी साहब होन चाहे कोई भी वड्डा अधिकारी होवे असी करोना काल दे समय हर घर दे विच गैस सिलेंडर दी सप्लाई पहुंचाई है। पटियाला तो केशव कुमार दी रिपोर्ट, लाइव भारत। ਭਾਜੀ ਮੇਰਾ ਨਾਂ ਕਸ਼ਮੀਰ ਬਿੱਲਾ ਤੇ ਗੈਸ ਏਜੰਸੀ ਵਰਕਰ ਯੂਨੀਅਨ ਇਫਟੂ ਦਾ ਮੈਂ ਪਟਿਆਲੇ ਦਾ ਦਾਸ ਹਾਂ ਜੀ। ਅੱਜ ਸੈਕਟਰੀ 8 ਦਾ ਕਾਰਨ ਦੋ ਹੈਗੇ ਸਾਡੇ। ਇੱਕ ਤਾਂ ਜਿਹੜਾ ਅਡਾਨੀ ਨੂੰ ਪੰਜਾਬ ਸਰਕਾਰ ਖੁਸ਼ ਕਰਨ ਦੇ ਚੱਕਰ 'ਚ 5 ਲੱਖ ਤੋਂ 6 ਲੱਖ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ ਸਿਰਫ ਅਡਾਨੀ ਨੂੰ ਖੁਸ਼ ਕਰਨ ਦੇ ਚੱਕਰ 'ਚ। ਅਤੇ ਅਡਾਨੀ ਹੋਰਾਂ ਦੀ ਜਿਹੜੀ ਪਾਈਪਲਾਈਨ ਪੈ ਰਹੀ ਆ ਉਹਦਾ ਕੋਈ ਇੰਸ਼ੋਰੈਂਸ ਨਹੀਂ ਹੈਗਾ। ਸਿਲੰਡਰ ਤੁਹਾਡੇ ਘਰ 'ਚ ਫੜ ਜਾਏ 1 ਕਰੋੜ ਰੁਪਏ ਦਾ ਬੀਮਾ। ਪੰਜਾਬ ਸਰਕਾਰ ਸਿਰਫ ਅਡਾਨੀਆਂ ਨੂੰ ਖੁਸ਼ ਕਰਨ ਦੇ ਚੱਕਰ 'ਚ 5 ਤੋਂ 6 ਲੱਖ ਜੇ ਟਰੱਕਾਂ ਵਾਲਿਆਂ ਨੂੰ ਲਾਈਏ ਤਾਂ 7 ਲੱਖ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਆ। ਬਹੁਤ ਜ਼ਿਆਦਾ ਨੁਕਸਾਨ ਆ ਭਾਅ ਜੀ। ਤੁਸੀਂ ਦੇਖੋ ਬਠਿੰਡੇ 'ਚ ਮੰਨ ਲਓ ਪਾਈਪਲਾਈਨ ਫਟੀ ਆ, ਦਿੱਲੀ 'ਚ ਪਾਇਲਟ ਪ੍ਰੋਜੈਕਟ ਸੀਗਾ ਜਿਸ ਦਿਨ ਪਹਿਲੇ ਦਿਨ ਹੀ 5 ਬੰਦੇ ਜ਼ਖਮੀ ਹੋਏ ਆ ਅਤੇ ਉਲਟਾ ਉਹਨਾਂ 'ਤੇ ਐੱਫ ਆਈ ਆਰ ਕੀਤੀ ਆ ਕੰਪਨੀ ਨੇ, ਪ੍ਰਸ਼ਾਸਨ ਨੇ, ਕੰਪਨੀ ਨੇ ਵੀ ਤੁਹਾਡੀ ਗਲਤੀ ਆ ਅਤੇ ਉਰੇ ਜੇ ਸਿਲੰਡਰ ਫਟ ਜਾਏ 1 ਕਰੋੜ ਰੁਪਏ ਦਾ ਬੀਮਾ। ਅਤੇ ਉਸ ਤੋਂ ਬਾਅਦ ਇੱਕ ਹੋਰ ਵੀ ਕਾਰਨ ਸੀਗਾ, ਕਰੋਨਾ ਟਾਈਮ ਤੋਂ ਅਸੀਂ ਕੰਮ ਕਰ ਰਹੇ ਹਾਂ ਜਿਵੇਂ ਮੁਲਾਜ਼ਮ ਸਫਾਈ ਵਾਲੇ, ਜਿਵੇਂ ਸਾਡੇ ਵੀਰ ਡਾਕਟਰ, ਜਿਵੇਂ ਪੁਲਿਸ, ਉਸੇ ਤਰ੍ਹਾਂ ਅਸੀਂ ਦਿਨ ਰਾਤ ਸੇਵਾ ਕਰ ਰਹੇ ਹਾਂ। ਤਾਂ ਸੇਵਾ ਦਾ ਸਾਨੂੰ ਇਹ ਮਿਲਿਆ ਕਿ ਸਾਡੇ 3 ਵਰਕਰ ਮਰ ਚੁੱਕੇ ਆ ਜਿਨ੍ਹਾਂ ਨੂੰ ਇਹਨਾਂ ਨੇ 5 ਰੁਪਏ ਦੀ ਵੀ ਕੋਈ ਸਹਾਇਤਾ ਨਹੀਂ ਕੀਤੀ ਹੁਣ ਤੱਕ। ਸਾਡੀ ਸਭ ਤੋਂ ਬੜੀ ਮੰਗ ਇਹ ਆ ਕਿ ਅਡਾਨੀ ਅਬਾਨੀਆਂ ਦੀ ਪਾਈਪਲਾਈਨ ਪੈਣੀ ਬੰਦ ਹੋਵੇ, ਤਾਂ ਦੂਜਾ ਜਿਹੜਾ ਸਾਡੇ ਵਰਕਰ ਆ ਉਹਨਾਂ ਨੂੰ ਜੋ ਉਹਨਾਂ ਦਾ ਮਾਣ ਤਾਣ, ਜੋ ਇੱਕ ਉਹਨਾਂ ਦਾ ਇੰਸ਼ੋਰੈਂਸ ਜੋ ਬਣਦਾ ਉਹ ਮਿਲਣਾ ਚਾਹੀਦਾ। ਭਾਅ ਜੀ ਅਸੀਂ ਪੂਰੇ ਸ਼ਹਿਰ ਤੋਂ ਆਏ ਹਾਂ, ਭਾਰਤ ਪੈਟਰੋਲੀਅਮ ਅਤੇ ਵਿੱਚ ਐੱਚ ਬੀ ਵਾਲੇ ਵੀਰ ਨੇ, ਸਾਰਾ ਕਲੱਬ ਪੂਰੇ ਸ਼ਹਿਰ ਦੀ ਏਜੰਸੀਆਂ ਬੰਦ ਨੇ ਅੱਜ। ਭਾਅ ਜੀ ਕਰੋਨਾ ਟਾਈਮ 'ਚ ਵੀ ਕਿੰਨੀ ਵਾਰ ਇਹਨਾਂ ਨੂੰ ਯਾਦ ਕਰਾਇਆ ਪਰ ਉਹਦੇ ਸੁਣਵਾਈ ਨਹੀਂ ਹੈਗੀ ਕੋਈ ਜੀ। ਨਹੀਂ ਭਾਅ ਜੀ ਉਹ ਥੋੜ੍ਹਾ ਹੋਰ ਤਰ੍ਹਾਂ ਦੀ ਗੱਲ ਕਰਦੇ ਨੇ, ਅਸੀਂ ਤਾਂ ਇਸ ਮੂਡ 'ਚ ਆਏ ਹਾਂ ਕਿ ਤੁਸੀਂ ਡੰਡੇ ਮਾਰੋ, ਤੁਸੀਂ ਗੋਲੀ ਮਾਰ ਦਿਉ, ਕਰ ਲਓ ਜੋ ਕਰਨਾ, ਪਰ ਘੱਟੋ ਘੱਟ ਸਾਡਾ ਹੱਲ ਚਾਹੀਦਾ। ਮੰਗ ਪੱਤਰ ਦਿਓ, ਪਤਾ ਨਹੀਂ ਕਿਹੜੇ ਕੂੜੇ ਸਿੱਟਦੇ ਨੇ, ਕੋਈ ਨਹੀਂ ਸੁਣਦਾ ਉਰੇ, ਸੁਣਦਾ ਬਿਲਕੁਲ ਭਾਅ ਜੀ। ਤੁਸੀਂ ਦੇਖੋ ਕਿ ਜਿਹੜਾ ਸਾਡੇ ਕੋਲ ਜ਼ਮੀਨਾਂ ਨਹੀਂ ਹੈਗੀਆਂ ਅਸੀਂ ਬੇਰੁਜ਼ਗਾਰ ਹੋ ਗਏ, ਤਾਂ 4 ਤੋਂ 5 ਲੱਖ ਲੋਕ ਬੰਦੇ ਜਾਣਗੇ ਕਿੱਥੇ? ਉਹ ਇਹਨਾਂ ਨੂੰ ਇਹ ਲੁੱਟਣਗੇ, ਚੋਰੀਆਂ ਕਰਾਂਗੇ, ਠੱਗੀਆਂ ਕਰਾਂਗੇ, ਕਿੱਥੇ ਜਾਵਾਂਗੇ? ਤੁਸੀਂ ਦੱਸੋ ਨਾ ਵੀ ਜਾਈਏ ਕਿੱਥੇ? ਪੁਲਿਸ ਵਾਲੇ ਵੀਰ ਖੜੇ ਸੀ ਇਹਨਾਂ ਸਾਹਮਣੇ, ਕਰ ਰਹੇ ਵੀ ਅਸੀਂ ਚੋਰੀਆਂ ਕਰਾਂਗੇ, ਲੁੱਟਾਂ ਕਰਾਂਗੇ, ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਨਹੀਂ, ਲਿਖਾਵਾਂਗੇ ਨਹੀਂ, ਪਰ ਰੋਟੀ ਤਾਂ ਉਹਨਾਂ ਨੂੰ ਦੇਵਾਂਗੇ ਨਾ? ਰੋਟੀ ਫਿਰ ਨਹੀਂ ਰੁਜ਼ਗਾਰ ਹੋਏਗਾ। ਪਟਿਆਲੇ ਦੇ ਵਿੱਚ ਜਿੱਥੇ ਲੇਬਰ ਚੌਂਕ ਆ 2-2 ਹਜ਼ਾਰ ਬੰਦਾ ਖਾਲੀ ਮੁੜ ਕੇ ਜਾਂਦਾ ਘਰਾਂ ਨੂੰ। ਇਹ ਮਹਿਲਾ ਵਾਲੇ ਬਿਲਕੁਲ, ਬਾਦਲ ਅਤੇ ਕਾਂਗਰਸ ਇਹ ਸਭ ਇਕੱਠੇ ਹੋਏ ਵੇ ਆ। ਬਾਦਲਾਂ ਨੇ ਪਾਈਪਲਾਈਨ ਦੀ ਮਨਜ਼ੂਰੀ ਦਿੱਤੀ ਆ ਅਤੇ ਰਾਜਾ ਸਾਹਿਬ ਮੂਹਰੇ ਹੋ ਕੇ ਸਾਰੀ ਪਾਈਪਲਾਈਨ ਪਵਾ ਰਹੇ ਆ। ਬਿਲਕੁਲ ਬਿਲਕੁਲ, ਪੂਰੀ ਇਲੈਕਸ਼ਨਾਂ 'ਚ ਬਿਲਕੁਲ ਇਹਨਾਂ ਦਾ ਬਾਈਕਾਟ ਆ। ਜਿੱਥੇ ਵੜਨਗੇ ਜੁੱਤੀਆਂ ਮਾਰਾਂਗੇ ਇਹਨਾਂ ਦੇ, ਇਹ ਵੜ ਕੇ ਦਿਖਾਉਣ ਸਾਡੇ ਪਿੰਡਾਂ 'ਚ ਜਿੱਥੇ ਜਿੱਥੇ ਸਾਡੇ ਮੁਹੱਲੇ ਨੇ। ਅਕਾਲੀ, ਕਾਂਗਰਸੀਏ, BSP ਵਾਲਿਆਂ ਨੂੰ ਵੀ ਨਾਲ ਵਿੱਚ ਕਹਿੰਦੇ ਆ, ਜਿਨ੍ਹਾਂ ਨੇ ਇਹ ਤਾਜ਼ਾ ਆਪਣਾ BSP ਵਾਲਿਆਂ ਨੇ ਫੜਿਆ ਨਾ ਗੱਠਜੋੜ, ਉਹਨਾਂ ਨੂੰ ਵੀ ਕਹਿੰਦੇ ਆ, ਤੁਹਾਡੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਜੁੜਦਾ ਹੈਗਾ ਦਲਿਤਾਂ ਲਈ। ਤਾਂ ਤੁਸੀਂ ਇਹ ਦੇਖੋ ਕਿ ਸਾਡੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੀ ਮਾਤਾਵਾਂ ਬੈਠੀਆਂ ਬਜ਼ੁਰਗ, ਕਿੰਨੇ ਦਿਨਾਂ ਤੋਂ ਆ ਦੇਖੋ ਨੀਚੇ ਤੱਪੜ ਪਏ ਇਹਨਾਂ ਦੇ, ਕੋਈ ਸੁਣਵਾਈ ਨਹੀਂ, ਕੋਈ ਬਿਆਨ ਨਹੀਂ। ਵੋਟਾਂ 'ਚ ਦਲਿਤਾਂ ਨੂੰ ਸਿਰ 'ਤੇ ਚੱਕੀ ਫਿਰਦੇ ਹੋ, ਸਾਨੂੰ ਸਿਰ 'ਤੇ ਚੱਕਣਾ ਨਹੀਂ ਮਨਜ਼ੂਰ, ਸਾਨੂੰ ਸਾਡਾ ਹੱਕ ਦਿਓ, ਜੋ ਸਾਡਾ ਹੱਕ ਬਣਦਾ ਦੇ ਦਿਓ।